ਜ਼ਬੈਦਾ ਹਾਂ ਅਗਰ ਤੂੰ ਮੈਨੂੰ ਨਾ ਲੱਭੀ ਨਾ ਤੇ ਮੈਂ ਤੂੰ ਖੁਦ ਖੁਸ਼ੀ ਕਰ ਰਹੇਗਾ ਤੇ ਕਰ ਲੈ ਮੈਂ ਗੱਲ ਦੱਸਾਂ ਮੇਰੇ ਅੱਬੇ ਨੇ ਨਾ ਮੇਰੇ ਰਿਸ਼ਤੇ ਦੀ ਗੱਲ ਕਿਸੇ ਅਮੀਰ ਕਾਰਜ ਕਰ ਦਿੱਤੀ ਹੈ ਹਾਂ ਕੀ ਕਹਿ ਰਹੀ ਹੈ ਜ਼ਬੈਦਾ ਤੇਰਾ ਅੱਬਾ ਮੇਰੇ ਨਾਲ ਇੰਨਾ ਜ਼ੁਲਮ ਕਿਵੇਂ ਕਰ ਸਕਦਾ ਹੈ ਜ਼ਬੈਦਾ ਇੱਧਰ ਤੇ ਵੇਖ ਜੇ ਮੈਂ ਤੈਨੂੰ ਨਾ ਵੇਖਾਂ ਨਾ ਤੇ ਮੇਰਾ ਤੇ ਦਿਲ ਹੀ ਨਹੀਂ ਕਰਦਾ ਮੈਂ ਨਾ ਜਦੋਂ ਉਸ ਅਮੀਰ ਆਦਮੀ ਦੀ ਵੋਟੀ ਬਣ ਜਾਵਾਂਗੀ ਨਾ ਫਿਰ ਮੈਂ ਤੈਨੂੰ ਉਸ ਕਾਰਜ ਮੁਲਾਜ਼ਮਤ ਵਾਸਤੇ ਰੱਖ ਲਾਂਗੀ ਫਿਰ ਸੁਬਹ ਸ਼ਾਮ ਤੂੰ ਸਕੂਨ ਨਾਲ ਮੈਨੂੰ ਵੇਖੀ ਹਾਂ ਤੂੰ ਮੇਰੀ ਗੁਰਬਤ ਦਾ ਮਜ਼ਾਕ ਉਡਾ ਰਹੀ ਹੈ ਜ਼ਬੈਦਾ ਹਾਂ ਕੀ ਮੈਂ ਤਾਂ ਮਜ਼ਾਕ ਕਰ ਰਹੀ ਸਾਂ ਹਾਏ 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 ਕੀ ਹੋ ਗਿਆ ਕਸਮੇ ਮਜ਼ਾਕ ਕਰ ਰਹੀ ਸਾਂ ਇਹ ਕਿਹੋ ਜਿਹਾ ਮਜ਼ਾਕ ਹੈ ਜ਼ਬੈਦਾ ਮੇਰੀ ਤੇ ਰੋਹੀ ਕੰਬ ਗਈ ਹੈ ਮਾਨ ਲਾ ਮੈਂ ਤਾਂ ਹਸਨ ਖੇਡਣ ਨਾਲ ਦੀ ਕੁੜੀ ਆ ਤੂੰ ਅਗਰ ਮੇਰੇ ਨਾਲ ਰਹਿਣਾ ਤੇ ਮੇਰੀ ਛੇੜਛਾੜ ਸਮਝ ਜਾਣਾ ਹੈ ਅਮਾਨ ਲਾ ਇਹ ਤੇ ਦਾਦੀ ਦੀ ਆਵਾਜ਼ ਹੈ ਮੈਂ ਚੱਲਣਾ ਰੱਬ ਰਾਖਾ ਮਾਇੰਡ ਕਰ ਗਿਆ ਤੂੰ ਨਾ ਬੈਦੀ ਜਰਾ ਪਤਾ ਕਰਕੇ ਬਤਾਓ ਮੁਝੇ ਕਿ ਇਹ ਆਜ਼ਿਰ ਕੀ ਜ਼ਿੰਦਗੀ ਮੇਂ ਕਿਆ ਚੱਲ ਰਿਹਾ ਹੈ ਅੱਜਕੱਲ ਦਾਦੀ ਜਾਨ ਮਾਂ ਤੋਂ ਮੇਰਾ ਆਣਾ ਜਾਣਾ ਹੀ ਨਹੀਂ ਹੈ ਕਸਮ ਸੇ ਜੋ ਮੈਂ ਕਿਆ ਬਤਾਊਂ ਅਰੇ ਵਹਾਂ ਤੋਂ ਆਣਾ ਜਾਣਾ ਨਹੀਂ ਹੈ ਤੁਹਾਡਾ ਲੇਕਿਨ ਪੜੋਸ ਮੇਂ ਤੋਂ ਆਣਾ ਜਾਣਾ ਹੈ ਨਾ ਵੋ ਜੋ ਹੈ ਤੁਹਾਡੀ ਜ਼ੁਬੈਦਾ ਬੀਬੀ ਉਸਸੇ ਪਤਾ ਕਰੋ 10 ਚੱਕਰ ਲਗਾਤੀ ਹੈ ਤੁਹਾਡੇ ਪਿੱਛੇ ਦਿਨ ਮੇਂ ਯਹਾਂ ਕੇ ਮੇਰੇ ਪਿੱਛੇ ਕਾਂ ਦਾਦੀ ਜਾਨ ਵੋ ਤੋਂ ਆਪਣੇ ਕਾਮ ਕੇ ਲਈ ਆਤੀ ਹੈ ਨਾ ਝੂਠ ਬੋਲਨੇ ਕਾ ਅੰਜਾਮ ਜਾਣਤੇ ਹੋ ਤੁਮ ਬੇਵਕੂਫ ਸਮਝ ਰਹੇ ਹੋ ਮੁਝੇ ਅਰੇ ਖੂਬ ਜਾਣਤੀ ਹੂੰ ਕਿਆ ਚੱਲ ਰਿਹਾ ਹੈ ਤੁਮ ਦੋਨੋਂ ਕੇ ਬੀਚ ਚਲ ਅਰੇ ਸ਼ਰਮਾਨੇ ਕੇ ਲਈ ਨਹੀਂ ਬੁਲਾਇਆ ਹੈ ਮੈਨੇ ਤੁਮਕੋ ਯਹਾਂ ਪਰ ਜੀ ਦਾਦੀ ਕਾਮ ਕੇ ਲਈ ਬੁਲਾਇਆ ਹੈ ਜਾਓ ਹਸੀਨਾ ਬੇਗਮ ਸੇ ਜਾ ਕੇ ਕਹੋ ਕਿ ਮੈਨੇ ਉਨਕੋ ਯਾਦ ਕੀਆ ਹੈ ਔਰ ਵੋ ਜ਼ਰਾ ਜਲਦੀ ਆਏ ਮੁਝੇ ਬਹੁਤ ਜ਼ਰੂਰੀ ਕਾਮ ਹੈ ਉਨਸੇ ਜਾਓ ਜੀ ਦਾਦੀ ਜਾਨ ਮੈਂ ਅਭੀ ਗਿਆ ਔਰ ਅਭੀ ਆਇਆ लगता है कि मामला पड़ोस वाले घर से ही है। हसीन आएगी तो पता चल जाएगा। अरे आप अस्सलाम वालेकुम अंदर आए ना। सलाम। वो मैं असल में पूछने के लिए आया था कि मसला हल हो गया आपका। जी मसला तो हल हो गया है मगर एक दफा प्लीज आप महरीन से बात कर लीजिएगा। कौन सी बात? आप उन्हें समझाइएगा ना प्लीज कि प्यार क्या चीज होती है और कितना अहम होता है। मैं चाहती हूँ दोबारा वो ये मामला खराब ना करे। प्लीज बस उन्हें कन्विंस कर लें आप किसी तरह। ठीक है मैं उन्हें समझाऊंगा। मुझे यकीन है अगर आप उनसे बात करेंगे तो आपकी बात का उन पर जरूर असर होगा और जो भी बात आप करेंगे वो उनके दिल में उतर जाएगी। अच्छा आपको कैसे पता कि मेरी बातों का असर होता है? अरे पता है मुझे, मैंने सुनी है आपकी बातें और अपने दिल में उतरती महसूस भी की है मैंने। मेरा मतलब है महरीन के दिल में उतरती महसूस की है। जी जी